ਦੇਸ਼ ਦਾ ਮਾਹੌਲ ਧਰਮ ਨਿਰਪੱਖ ਤੋਂ ਫਿਰਕੂ ਪ੍ਰਸਤੀ ਵੱਲ ਜਾ ਰਿਹਾ। ਦੇਸ਼ ਭਗਤੀ ਦੇ ਜਜ਼ਬੇ ਨੂੰ ਧਰਮ ਅਤੇ ਫਿਰਕੂ ਕੱਟੜਪੰਥੀ ਦੇ ਤਰਾਜ਼ੂਆਂ ਨਾਲ ਤੋਲਿਆ ਜਾ ਰਿਹਾ। ਪਰ ਦੇਸ਼ ਭਗਤੀ ਦੀਆਂ ਆਪਣੀਆਂ ਹੀ ਪਰਿਭਾਸ਼ਾਵਾਂ ਦੱਸਣ ਵਾਲੇ ਇੱਕ ਭਾਜਪਾ ਨੇਤਾ ਨੂੰ ਚੱਲਦੀ ਬਹਿਸ ਵਿੱਚ ਜਦੋਂ ਵੰਦੇ ਮਾਤਰਮ ਸੁਣਾਉਣ ਲਈ ਕਿਹਾ ਗਿਆ ਤਾਂ ਉਹਨਾਂ ਦੀ ਜ਼ਬਾਨ ਲੜਖੜਾ ਗਈ। ਇੱਥੋਂ ਤੱਕ ਕਿ ਭਾਜਪਾ ਆਗੂ ਮੋਬਾਈਲ ਤੋਂ ਦੇਖ ਕੇ ਵੀ ਵੰਦੇ ਮਾਤਰਮ ਸਹੀ ਨਹੀਂ ਬੋਲ ਸਕੇ। ਵੰਦੇ ਮਾਤਰਮ ਸੁਜਲਾਮ ਸੁਫਲਾਮ ਮਲਯਜ ਸ਼ੀਤਲਾਮ ਸੰਸਯਾਮ ਮਲਯਾਮ ਸੁਭ੍ਰਤ ਜੋਤਿਸਮ ਪੁਲਕਿਸਯਾਮ ਵੰਦੇ ਮਾਤਰਮ ਪੁਲਕਿਸਤਾ ਸੁਮਿਤਾ ਦੁਮਲ ਸੁਨਾਮੀ ਸੁਹਾਸਿਨ ਸੁਮੰਦਰ ਭੂਸਮਾਨੀ ਵੰਦੇ ਮਾਤਰਮ। ਇਸ ਭਾਜਪਾ ਆਗੂ ਦਾ ਨਾਮ ਹੈ ਨਵੀਨ ਕੁਮਾਰ ਸਿੰਘ, ਜੋ ਭਾਜਪਾ ਦੇ ਬੁਲਾਰੇ ਵੀ ਨੇ। ਇਸ ਵੰਦੇ ਮਾਤਰਮ ਦੇ ਵੀਡੀਓ ਤੋਂ ਬਾਅਦ ਇਸ ਭਾਜਪਾ ਬੁਲਾਰੇ ਦਾ ਸੋਸ਼ਲ ਮੀਡੀਆ ਤੇ ਬੜਾ ਮਜ਼ਾਕ ਬਣਾਇਆ ਜਾ ਰਿਹਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।